ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ 'ਤੇ। ਅੱਜ ਮੈਂ ਇਸ ਵੀਡੀਓ ਵਿੱਚ ਸਵੀਟ ਕੋਰਨ ਢੋਕਲਾ ਰੈਸਪੀ ਸ਼ੇਅਰ ਕਰਾਂਗੀ। ਇਸ ਵਾਸਤੇ ਆਪਾਂ ਨੂੰ ਚਾਹੀਦਾ ਹੈ ਬੇਸਣ, ਸੂਜੀ ਅਤੇ ਦਹੀਂ। ਜਿਹੜੀ ਕਟੋਰੀ ਦੇ ਨਾਲ ਆਪਾਂ ਦਹੀਂ ਪਾਉਂਦੇ ਹਾਂ, ਉਹਦੀ ਕਟੋਰੀ ਵਿੱਚ ਹੀ ਆਪਾਂ ਤਿੰਨੇ ਚੀਜ਼ਾਂ ਦਾ ਮੇਜ਼ਰਮੈਂਟ ਇੱਕੋ ਹੀ ਕਟੋਰੀ ਦੇ ਨਾਲ ਕਰਨਾ ਆ। ਇਸ ਕਟੋਰੀ ਦੇ ਵਿੱਚੋਂ ਦਹੀਂ ਆਪਾਂ ਇਹਦੇ ਵਿੱਚ ਮਿਕਸ ਕਰ ਲਿਆ। ਹੁਣ ਆਪਾਂ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਇਸਨੂੰ ਘੋਲ ਤਿਆਰ ਕਰਾਂਗੇ। ਇਸ ਘੋਲ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਕੇ ਇੱਕ ਦੂਜੇ ਦੇ ਨਾਲ ਤਾਂ ਵਧੀਆ ਬੈਟਰ ਤਿਆਰ ਕਰਨਾ ਹੈ। ਬੈਟਰ ਨੂੰ ਆਪਾਂ ਇੱਦਾਂ ਘੋਲ ਕੇ 10-5 ਮਿੰਟ ਵਾਸਤੇ ਰੈਸਟ ਲਈ ਰੱਖ ਲੈਣਾ ਹੈ। ਜਦ ਤੱਕ ਆਪਾਂ ਹੁਣ ਆਪਾਂ ਲੈ ਲਿਆ ਸਵੀਟ ਕੋਰਨ। ਸਵੀਟ ਕੋਰਨ ਨੂੰ ਆਪਾਂ ਚੋਪਰ 'ਚ ਪਾ ਕੇ ਥੋੜ੍ਹਾ ਜਿਹਾ ਦੜਪੜੇ ਜਿਹਾ ਦਾਣੇ ਕਰਕੇ ਫਿਰ ਆਪਾਂ ਇਸ ਪੇਸਟ ਕਰਕੇ ਦਾਣੇ ਜਿਹੜੇ ਆ ਇਸ ਘੋਲ ਦੇ ਵਿੱਚ ਪਾ ਦੇਣੇ ਆ, ਜਿਹੜੇ ਕਿ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਫਿਰ ਆਪਾਂ ਪਾਵਾਂਗੇ ਗ੍ਰੀਨ ਮਿਰਚ, ਹਲਦੀ, ਨਮਕ, 2 ਚਮਚ ਤੇਲ ਦੇ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਇਸ ਬੈਟਰ ਦੇ ਵਿੱਚ ਮਿਕਸ ਕਰ ਲੈਣਾ ਆ, ਕਿਉਂਕਿ ਇਹਦੇ ਨਾਲ ਆਪਾਂ ਤੁਸੀਂ ਇਹਦੇ ਵਿੱਚ ਆਪਾਂ ਚੀਨੀ ਵੀ ਪਾ ਸਕਦੇ, ਪਰ ਆਪਾਂ ਜਿਹੜਾ ਸਵੀਟ ਕੋਰਨ ਪਾਏ ਇਹਦੇ ਕਰਕੇ ਆਪਾਂ ਚੀਨੀ ਨਹੀਂ ਪਾਉਣੀ, ਕਿਉਂਕਿ ਉਹ ਖੁਦ ਵੀ ਮਿੱਠੇ ਹੁੰਦੇ ਆ। ਇਸ ਤੋਂ ਬਾਅਦ ਆਪਾਂ ਇਨੋ ਪਾ ਦੇਣਾ ਇਹਦੇ ਵਿੱਚ। ਇਨੋ ਉਸ ਵੇਲੇ ਪਾਉਣਾ ਜਦੋਂ ਆਪਣਾ ਪਾਣੀ ਜਿਹੜਾ ਇੱਕ ਪਾਸੇ ਉਬਲਦਾ ਰੱਖ ਲਿਆ, ਬੈਟਰ ਜਿਹੜਾ ਜਿਹਦੇ ਭਾਂਡੇ 'ਚ ਪਾਉਣਾ ਗਰੀਸ 'ਚ, ਗਰੀਸ ਲਾ ਕੇ ਫਿਰ ਆਪਾਂ ਇਨੋ ਇਸ ਘੋਲ ਦੇ ਵਿੱਚ ਪਾ ਕੇ ਤਾਂ ਇਸ ਬੈਟਰ ਨੂੰ ਆਪਾਂ ਉਸ ਭਾਂਡੇ ਦੇ ਵਿੱਚ ਪਾ ਦਿੱਤਾ, ਸਟੀਮ ਵਾਸਤੇ ਰੈਡੀ ਹੋ ਗਿਆ। ਹੁਣ ਸਟੀਮ ਲਈ ਆਪਾਂ ਇੱਕ ਕੜਾਹੀ ਦੇ ਵਿੱਚ ਪਾਣੀ ਉਬਲਦੇ ਦੇ ਉੱਪਰ ਸਟੈਂਡ ਰੱਖ ਕੇ ਤਾਂ ਇਸ ਬੈਟਰ ਨੂੰ ਢੱਕ ਕੇ ਆਪਾਂ 20 ਮਿੰਟ ਲਈ ਪਕਾਵਾਂਗੇ। ਆਪਾਂ ਇੱਕ ਪਾਸੇ ਆਪਾਂ ਹੁਣ ਇਹਦੇ ਵਾਸਤੇ ਤੜਕਾ ਤਿਆਰ ਕਰਨਾ। ਤੜਕੇ 'ਚ 2 ਚਮਚ ਤੇਲ ਦੇ ਪਾ ਕੇ ਰਾਈ, ਤਿਲ ਤਾਂ ਪਾਣੀ ਅਤੇ 1 ਨਿੰਬੂ ਤਾਂ ਥੋੜ੍ਹੀ ਜਿਹੀ ਆਪਾਂ 1 ਚਮਚ ਖੰਡ ਦਾ ਵੀ ਪਾ ਸਕਦੇ ਹਾਂ ਸਵਾਦ ਅਨੁਸਾਰ ਆਪਣੇ। ਜੇ ਤੁਸੀਂ ਪਾਉਣਾ ਚਾਹੋ ਤਾਂ ਪਾ ਵੀ ਸਕਦੇ, ਸਕਿੱਪ ਕਰਨਾ ਤਾਂ ਸਕਿੱਪ ਵੀ ਕਰ ਲਓ। ਹੁਣ ਆਪਣਾ ਜਿਹੜਾ ਮਤਲਬ ਢੋਕਲਾ ਤਿਆਰ ਹੋ ਗਿਆ ਆ, ਇਹ ਜਿਹੜਾ ਆਪਣਾ ਤੜਕਾ ਹੈ ਤਿਆਰ, ਇਹਦੇ ਉੱਤੇ ਆਪਾਂ ਸਾਰਾ ਮਤਲਬ ਪਾ ਦੇਣਾ ਆ। ਇਹਦੇ ਉੱਤੇ ਆਪਾਂ 1 ਨਿੰਬੂ ਵੀ ਪਾਉਣਾ ਆ। ਦੇਖੋ ਕੱਟ ਕੇ ਆਪਣਾ ਕਿੰਨਾ ਵਧੀਆ ਢੋਕਲਾ ਤਿਆਰ ਹੋ ਗਿਆ, ਤਾਂ ਸਪਾਈਸੀ ਦੇਖਣ ਨੂੰ ਦੇਖੋ ਕਿੰਨਾ ਸਪੰਜੀ ਤਾਂ ਕਿੰਨਾ ਫੁੱਲਿਆ ਫੁੱਲਿਆ ਆਪਣਾ ਢੋਕਲਾ ਬਣਿਆ। ਮੇਰੀਆਂ ਭੈਣਾਂ ਭਰਾਵਾਂ ਨੇ ਜੀ, ਮੇਰੀਆਂ ਭੈਣਾਂ ਵੀਰਾਂ ਨੇ ਸਬਸਕ੍ਰਾਈਬ ਜ਼ਰੂਰ ਕਰਨਾ, ਲਾਈਕ ਅਤੇ ਸ਼ੇਅਰ ਕਰਨਾ।